ਆ ਜਾ ਦੂਜੇ ਘਰ ਚਲੀਏ ਤੇ ਲੋ ਜੀ ਆਪਾਂ ਆਪਣੇ ਇੱਥੇ ਮੇਰੇ ਹੈਗੇ ਨਾਨਕੇ ਸਹਿ ਮੇਰੇ ਨਾਨੀ ਘਰ ਸਹਿਜ ਦੇ ਪੜ ਨਾਨੀ ਘਰ ਹਾਂ ਚਲੋ ਚਲੋ ਆ ਜਾ ਦੋ ਸੈਕਿੰਡ ਓ ਹੈਲੋ ਆ ਵੱਡਾ ਗੇਟ ਨਹੀਂ ਪਾਪਾ ਹੀ ਛੋਟਾ ਹੁੰਦਾ ਜਾ ਉਹ ਹਾਂ ਸੱਚ ਮੈਂ ਤਾਂ ਭੁੱਲ ਹੀ ਗਿਆ ਯੇ ਸੌਰੀ ਗਾਇਸ ਗਾਇਸ ਕੋ ਸੌਰੀ ਬੋਲ ਰਹੀ ਲੈ ਛੋਟਾ ਖੁੱਲ ਨਹੀਂ ਰਹਾ ਲੈ ਚੱਲ ਚਲੋ ਗਾਇਜ ਚੱਪਲਾਂ ਛੱਡੋ ਪਹਿਲਾਂ ਗੰਡੇ ਹੁੰਦੇ ਸੀਗੇ ਹੁਣ ਨਹੀਂ ਹੈਗੇ ਹੁਣ ਤਾਂ ਸਾਫ ਆ ਸਾਫ ਗਾਇਸ ਓਏ गाइस यार काली जुबान है मेरी सच्ची कह रहा हूँ मैं इधर कर बताऊँ क्यों अभी बोला कंडे नहीं है पैर में चुभ गए कैमरा सीधा रख क्या कर हाँ जी ये है जी साडा नानी घर नानके जिन्ना असी बचपन च छुट्टियां ते आंदे हुंदे सी वो आही जगह आ ते इत्थे आके आपां आ घर है बनाना साडा अद्दली साइड असी बहुत ही अपना ना भुलण वालियां चीजां ताला लग गया इत्थों टप के चल लियो मैं ਉਹ ਅੰਬ ਲੈਣੇ ਜਾ ਕੇ ਹਾਏ ਵੀ ਸਾਫ ਪਿਆ ਅੰਦਰ ਹਨਾ ਪਾਪਾ ਹਾਏ ਵੀ ਸਾਫ ਪਿਆ ਅੰਦਰ ਆ ਦੇਖੋ ਜੀ ਇਹ ਰਸੋਈ ਹੈ ਨਾ ਰਸੋਈ ਹੈ ਨਹੀਂ ਰਸੋਈ ਉੱਧਰ ਆ ਲੋਕ ਲੱਗਾ ਹੋਇਆ ਹੈ ਤੇ ਚੱਲਦੇ ਇੱਧਰ ਨੂੰ ਜਰਾ ਤਾਲੇ ਦੀ ਚਾਬੀ ਲੈ ਕੇ ਆਈਏ ਹੋਰ ਕੁਝ ਲੈ ਆਣੇ ਆ बहुत बार आया सच्ची कह रहा हूँ ये वाला हाउस में ना घर पे एक बार बहुत पहले की बात है आया था हम आए थे तो वहां पर ना बाहर हम सोए थे मतलब अंदर नहीं सोए वैसे ही पता नहीं कोई ऐसे ही वैसे ही बिना मन के ऐसे बाहर सो गए सुबह सुबह देखा यहाँ इतना बड़ा मच्छर खाया हुआ बस अगले दिन स्कूल जाना था मैंने और वो भी साफ नहीं हुआ जो मच्छर का था कि लगता है ये एक दिन मेरा पूरा एक दिन तक रहा था और गाइज आपको जरा छोटे वाले बच्चों से मिलाता हूँ तो गाइस अभी आपको मैं दिखा रहा हूँ क्या कहते हैं जो पानी पानी निकालते ऐसे पंप जो भी है इससे ऐसे करो पानी निकलेगा मैं भी नहीं निकल रहा यार पहले चलता है हाई पापा इसे क्या कहते हैं नलका इसे कुछ और नहीं कहते थे पी से कुछ था नलका जो भी है अब इससे पानी निकाल के दिखाता हूँ आपको मैं भी नहीं निकलेगा यार ये देखो मैं पूरा कर रहा हूँ नहीं यार खराब हो गया थे आई थिंक खराब हो चुका है ना हाँ भाई खराब हो चुका है लास्ट टाइम भी आके अबे भाई साहब लास्ट टाइम भी आके किया था मैंने खराब हो चुका है यार वैसे खराब तो नहीं होने चाहिए भाई वैसे नलका भाई पूरा एकदम साफ है एकदम साफ ये देखो फंगस लगी हुई है अरे यार पापा ਉਹਨ ਚਲਾਈਓ ਚਲਾਈਓ ਉਹਨੂੰ ਚੱਲਦਾ ਨਹੀਂ ਹੋਣਾ ਦੇਖ ਕਰੋ ਤੁਸੀਂ ਤੁਹਾਨੂੰ ਆਪ ਤਾਂ ਬੂਟ ਪਾਇਆ ਮੈਂ ਕੰਡੇ ਹੋਣੇ ਭਰਾ ਕੰਡਾ ਵੜ ਗਿਆ ਹੁਣ ਨਹੀਂ ਨਿਕਲਣਾ ਦਿਨਾ ਲੈ ਤੁਹਾਨੂੰ ਬੂਟ ਨਹੀਂ ਚਾਹੀਦੇ ਚੱਪਲ ਲਿਆ ਕੇ ਦੇ ਕੋਈ ਚੱਪਲ ਲਈ ਭਾਈ ਉਹਨੇ ਇੱਥੇ ਹੀ ਰੇ ਲਿਆਣਾ ਯਾਰ ਚੱਪਲ ਚੋਰ ਨਹੀਂ ਹੈ ਯਾਰ ਚੱਪਲ ਨਹੀਂ ਚੱਪਲ 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 ਗਰੀਬਣੀ ਦੇ ਥੱਲੇ ਵੀ ਆਏ ਤੁਹਾਨੂੰ ਕੋਈ ਗੱਲ ਨਹੀਂ चाचू के लेके आऊं
ਆਂਦਾ ਤਾਂ ਨਾ ਲੋ ਕੜੋ ਮੈਂ ਕਰਦਾ ਟਰੈ ਪਹਿਲੇ ਪਹਿਲੇ ਮੈਂ ਟਰੈ ਸਾਡੇ ਟਾਈਮ ਤੇ ਹੀ ਹੁੰਦੇ ਸੀਗੇ ਦੇਖ ਲਓ ਕਰਦੇ ਕਰਾਂਦੇ 2024 ਜੀ ਸਾਰਾ ਕੁਝ ਬਦਲ ਗਿਆ ਅੱਜ ਕੱਲ ਦੇ ਨਿਆਣੇ ਹੁਣ ਦੇਖਦੇ ਪਏ ਆ ਪਹਿਲਾਂ ਨਲਕੇ ਹੋਰ ਤਰ੍ਹਾਂ ਦੇ ਹੁੰਦੇ ਸੀ ਹੁਣ ਆ ਗਏ ਨਵੇਂ ਬਸ ਕਰ ਨਹੀਂ ਹੋਰਾ ਚਲ ਚੱਲ ਆ ਪੰਗਾ ਆ ਪੰਗੇ ਜਾਣਾ ਫਰੈਸ਼ ਫਰੂਸ਼ ਹੋਣਾ ਕਿੱਧਰ ਗੜਵੀ ਲੈ ਕੇ ਇੱਥੇ ਇੱਕ ਰਿਵਾਜ਼ ਆ ਗੜਵੀ ਵਾਲਾ ਕੀ ਆ ਜੋ ਜਿਨ੍ਹਾਂ ਨੂੰ ਪਤਾ ਆ ਕੀ ਕਰਕੇ ਆਈਏ ਹੈ ਪਤਾ ਜੀ ਇਹਨੂੰ ਵੀ ਆਪਣੇ ਉਹਨਾਂ ਨੇ ਘੁੰਮਣ ਫਿਰਨ ਲਈ ਬਣਾਇਆ ਹੋਇਆ ਆਪਣਾ ਕਿਸੇ ਨੇ ਉਹ ਕਿਸੇ ਨੇ ਆਪਣੀ ਕਾਰ ਕੂਰ ਲਿਜਾਣ ਲਈ ਗੇਟ ਲਾਇਆ ਹੋਇਆ ਅੰਬੀਆਂ ਲੱਗ ਗਈਆਂ ਉਹ ਸਾਹਮਣੇ ਅੰਦਰ ਕੈਕਟਸ ਕਿੱਡਾ ਵੱਡਾ ਵੀ ਆ ਦੇਖੋ ਜੀ ਲੰਬਾ ਦੇਖੋ ਕਿੰਨਾ ਉਹ ਕਿੰਨਾ ਵੱਡਾ ਹੋਏ ਨਾ ਹੋਏ ਕੈਕਟਸ ਹੀ ਹੈ ਰੀਲ ਬਣਾਓ ਇੱਕ ਹਿਮਾਚਲ ਪ੍ਰਦੇਸ਼ ਮੇ ਮਿਲਾ ਹਮੇ ਕੈਕਟਸ ਬਤਾਓ ਇਹ ਕੈਸੇ ਹੋਗਾ ਇਹ ਤੋ ਰਾਜਸਥਾਨ ਕੇ ਟਾਈਪ ਮੇ ਹੋਗਾ ਤਾਂ ਕਿਤਨਾ ਲੰਬਾ ਹੈ ਉਹੀ ਤੋ ਮੇਰੇ ਤੋਂ ਲੰਬਾ ਯਾਰ ਹੈ ਇਹ ਤੋ ਮੇਰੇ ਤੋਂ 10 ਗੁਣਾ ਲੰਬਾ ਹੈ ਚਲਾ ਲੈ ਨਹੀਂ ਯਾਰ ਤੁਹਾਡੇ ਇਹਨਾਂ ਦੋ ਆਏ ਨੇ ਆ ਲੈ ਤੂੰ ਦੱਸ ਤੋ ਗਾਇਸ ਹਮੇ ਯਹਾਂ ਹਾਂ ਤੋ ਗਾਇਸ ਹਮ ਆਏ ਥੇ ਹਿਮਾਚਲ ਪ੍ਰਦੇਸ਼ ਔਰ ਹਮੇ ਦੇਖੋ ਯਹਾਂ ਪੇ ਕਿਆ ਮਿਲਾ ਹੈ ਕਿਆ ਹੈ ਕੈਕਟਸ ਉਹ ਦੇਖੋ ਜੀ ਕਿੱਡਾ ਲੰਬਾ ਆ ਔਰ ਗਾਇਸ ਕੈਕਟਸ ਤੋਂ ਬਟ ਰਾਜਸਥਾਨ ਵਾਲਾ ਰੇਤੇ ਰੇਤੀ ਜਗ੍ਹਾ ਵੇ ਕੁਛ ਉਗਦਾ ਹੈ ਬਟ ਇਹ ਯਹਾਂ ਪੇ ਕੈਸੇ ਉਗ ਗਿਆ ਔਰ ਉਲਟਾ ਲੰਬਾ ਦੇਖੋ ਕਿਤਨੇ ਪਾਪਾ ਸੇ ਵੀ ਜ਼ਿਆਦਾ ਲੰਬਾ ਹੈ ਉਹ ਲੈ 20 ਫੁੱਟ ਆ ਔਰ ਕੋਈ ਉਹ ਉੱਪਰ ਤੱਕ ਹੈ ਗਾਇਸ 1 ਮਿਲੀਅਨ ਲਾਈਕ ਕਰਾਓ ਇਸੇ ਛੂ ਕੇ ਦਿਖਾਉਂਗਾ ਚਲ ਗਾਇਸ ਇੱਕ ਰੀਲ ਸ਼ੂਟ ਹੋ ਚੁੱਕੀ ਹੈ ਓਏ ਯਹਾਂ ਪੇ ਮੈਨੇ ਨਾ ਇੱਕ ਸਾਂਪ ਕਾ ਬਿੱਲ ਵੀ ਦੇਖਾ ਥਾ ਮੇਰੇ ਭਾਈਆ ਨੇ ਦਿਖਾਇਆ ਥਾ ਆ ਗਿਆ ਸਾਂਪ ਉਹ ਦੇਖੋ ਗਾਇਸ ਇਹ ਦੇਖੋ ਕੀ ਹੈ ਸਾਂਪ ਕਾ ਬਿੱਲ ਮੈਂ ਨਹੀਂ ਹਾਂ ਡਾਲ ਰਹੇ ਸਾਂਪ ਐਸਾ ਹੈਗਾ ਸਾਂਪ ਓਏ ਯਹਾਂ ਪੇ ਓਏ ਇਹ ਦੇਖੋ ਭਾਈ ਇਹ ਬਿੱਲੀਆਂ ਕੇ ਨਿਸ਼ਾਨ ਬੜੇ ਹੋਏ ਯਹਾਂ ਪੇ ਸੀਮੈਂਟ ਪੜਾ ਥਾ ਨਾ ਸੀਮੈਂਟ ਪੜਾ ਨਹੀਂ ਲਗਾਇਆ ਗਿਆ ਥਾ ਬਿੱਲੀ ਕੇ ਨਿਸ਼ਾਨ ਪੜੇ ਹੋਏ ਹਮਾਰੇ ਵਹਾਂ ਹੁਸ਼ਿਆਰਪੁਰ ਕੀ ਔਰ ਵੀ ਪਈ ਹੈ ਰੀਲ ਬਣਾਉਂਦੇ ਇੱਥੇ ਕਿੱਧਰ ਗਾਇਸ ਰੀਲ ਬਣੇਗੀ ਤਬ ਤੱਕ ਮੈਂ ਕੱਟ ਕਰ ਰਹਾ ਹੂੰ